ਵਾਹਿਗੁਰੂ ਜੀ ਕੀ ਖਾਲਸਾ ਵਾਹ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜਿਸ ਤਰ੍ਹਾਂ ਕਿ ਹਰ ਸਾਲ ਤੁਹਾਡੇ ਵੱਲੋਂ ਹੋਲੇ ਮਹੱਲੇ ਸੰਬੰਧ ਵਿੱਚ ਵਿਸਾਲ ਮੇਲਾ ਜਿਹੜਾ ਲੱਗਦਾ ਵਾ, ਉਸ ਸੰਬੰਧ ਵਿੱਚ ਕੀ ਕਿਹੜਾ ਜਾਂਦਾ? ਗੁਰਦੁਆਰਾ ਮੋਹੜੀ ਸਾਹਿਬ ਕੋਟ ਖਾਲਸਾ ਅੰਮ੍ਰਿਤਸਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਚਲਾਈ ਹੋਈ ਪਰੰਪਰਾ ਹੋਲੇ ਮਹੱਲੇ ਦੀ ਜੋ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਆਰੰਭ ਕੀਤੀ ਗਈ ਔਰ ਉਸੇ ਹੀ ਹੋਲੇ ਮਹੱਲੇ ਦੇ ਪੁਰਬ ਨੂੰ ਇਸ ਅਸਥਾਨ 'ਤੇ ਗੁਰਦੁਆਰਾ ਮੋਹੜੀ ਸਾਹਿਬ ਕੋਟ ਖਾਲਸਾ ਵਿਖੇ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਔਰ ਇਸ ਸਾਲ 84 ਹੋਲਾ ਮਹੱਲਾ ਜਿਹੜਾ ਉਹ ਮਨਾਇਆ ਜਾ ਰਿਹਾ ਹੈ, ਜਿਸ ਦੇ ਵਿੱਚ 27 ਫਰਵਰੀ ਨੂੰ 50 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਕੀਤੀ ਗਈ ਸੀ ਔਰ ਉਹਨਾਂ ਦੇ ਭੋਗ 1 ਮਾਰਚ ਨੂੰ ਪਏ ਔਰ 1 ਮਾਰਚ ਤੋਂ ਬਾਅਦ ਫਿਰ 50 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਜਿਨ੍ਹਾਂ ਦੇ ਭੋਗ 3 ਮਾਰਚ ਨੂੰ ਪਏ ਔਰ 3 ਮਾਰਚ ਨੂੰ ਫਿਰ 50 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ, ਜਿਨ੍ਹਾਂ ਦੇ ਭੋਗ 5 ਤਰੀਕ ਨੂੰ ਪਏ ਔਰ 5 ਤਰੀਕ ਤੋਂ ਬਾਅਦ ਫਿਰ 50 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਭੋਗ 7 ਮਾਰਚ ਨੂੰ ਪੈਣਗੇ ਔਰ ਉਸ ਤੋਂ ਬਾਅਦ ਫਿਰ 50 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਸੰਪੂਰਨ ਭੋਗ 9 ਮਾਰਚ ਨੂੰ ਪੈਣਗੇ ਔਰ 9 ਮਾਰਚ ਤੱਕ 250 ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਹੋਣਗੇ। ਸੋ ਇਸੇ ਹੀ ਦੌਰਾਨ 28 ਫਰਵਰੀ ਔਰ 1 ਮਾਰਚ ਨੂੰ ਇਸ ਸਥਾਨ ਦੇ ਉੱਤੇ ਓਪਨ ਵਾਲੀਬਾਲ ਟੂਰਨਾਮੈਂਟ ਕਰਾਇਆ ਗਿਆ, ਜਿਸ ਵਿੱਚ ਪੰਜਾਬ ਔਰ ਪੰਜਾਬ ਤੋਂ ਬਾਹਰ ਵਾਲੀਬਾਲ ਦੀਆਂ ਟੀਮਾਂ ਨੇ ਹਿੱਸਾ ਲਿਆ ਔਰ ਉਹਨਾਂ ਪਹਿਲੇ ਔਰ ਦੂਸਰੇ ਸਥਾਨ 'ਤੇ ਆਉਣ ਵਾਲੀਆਂ ਟੀਮਾਂ ਨੂੰ 31,000 ਔਰ 21,000 ਨਗਦ ਇਨਾਮ ਔਰ ਨਾਲ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ ਬਾਬਾ ਮਸਤਰਾਮ ਸਪੋਰਟਸ ਕਲੱਬ ਕੋਟ ਖਾਲਸਾ ਵੱਲੋਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਮੋਹੜੀ ਸਾਹਿਬ ਵੱਲੋਂ। ਜਿੰਨੀਆਂ ਵੀ ਟੀਮਾਂ ਇੱਥੇ ਆਈਆਂ ਸਨ ਸਾਰਿਆਂ ਨੂੰ ਆਉਣ ਜਾਣ ਦਾ ਖਰਚਾ ਦੇ ਕੇ ਔਰ ਉਹਨਾਂ ਦਾ ਮਾਣ ਸਤਿਕਾਰ ਕਰਕੇ ਉਹਨਾਂ ਨੂੰ ਨਿਵਾਜਿਆ ਗਿਆ ਹੈ ਔਰ ਇਹ ਵਾਲੀਬਾਲ ਟੂਰਨਾਮੈਂਟ ਇਸ ਕਰਕੇ ਹੀ ਕਰਾਏ ਜਾਂਦੇ ਨੇ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ ਰੌਲਾ ਪੈ ਰਿਹਾ ਹੈ ਕਿ 6ਵਾਂ ਦਰਿਆ ਜਿਹੜਾ ਨਸ਼ਿਆਂ ਦਾ ਚੱਲ ਰਿਹਾ ਹੈ, ਉਸ ਕਰਕੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਏ ਕਿ ਉਹ ਖੇਡਾਂ ਵੱਲ ਪ੍ਰੇਰਿਤ ਹੋਣ, ਆਪਣਾ ਜਿੱਥੇ ਉਹਨਾਂ ਸਰੀਰ ਦੀ ਸੰਭਾਲ ਕਰਨੀ ਹੈ ਉੱਥੇ ਦੂਰ ਨਸ਼ਿਆਂ ਤੋਂ ਦੂਰ ਲੈ ਕੇ ਆਪਣਾ ਜੀਵਨ ਬਤੀਤ ਕਰਨ ਔਰ ਇਸ ਦੇ ਦੌਰਾਨ 5, 6, 7, 8 ਮਾਰਚ ਨੂੰ ਦੀਵਾਨ ਹਾਲ ਦੇ ਵਿੱਚ ਦੀਵਾਨ ਸਜਾਏ ਜਾ ਰਹੇ ਹੈ, ਜਿਸ ਦੇ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਕਵੀਸ਼ਰ ਔਰ ਕਥਾਵਾਚਕ ਆਣ ਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਹੈ ਔਰ 9 ਤਰੀਕ ਨੂੰ ਦੀਵਾਨ ਹਾਲ ਦੇ ਵਿੱਚ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਾਏ ਜਾਣੇ ਹੈ, ਜਿਸ ਵਿੱਚ ਵੱਖ ਵੱਖ ਵਰਗ ਦੇ ਜਿਹੜੇ ਬੱਚੇ ਹੈ ਉਹ ਇਸ ਦਸਤਾਰ ਮੁਕਾਬਲੇ 'ਚ ਭਾਗ ਲੈਣਗੇ ਔਰ ਜਿੰਨੇ ਵੀ ਬੱਚੇ ਇਸ ਦਸਤਾਰ ਮੁਕਾਬਲੇ 'ਚ ਭਾਗ ਲੈਣਗੇ ਸਾਰਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਉਹਨਾਂ ਦਾ ਮਾਣ ਸਤਿਕਾਰ ਕੀਤਾ ਜਾਏਗਾ ਤਾਂ ਕਿ ਸਾਡੇ ਜਿਹੜੇ ਬੱਚੇ ਹੈ ਉਹ ਸਿੱਖੀ ਸਰੂਪ 'ਚ ਰਹਿਣ, ਸਿਰ 'ਤੇ ਦਸਤਾਰਾਂ ਸਰਾਉਣ, ਬਾਣੀ ਔਰ ਬਾਣੀ ਦੇ ਧਾਰਨੀ ਹੋ ਕੇ ਆਪਣਾ ਜੀਵਨ ਜਿਹੜਾ ਨਿਰਵਾਹ ਕਰਨ ਔਰ ਗੁਰੂ ਮਹਾਰਾਜ ਦਾ ਅਟੁੱਟ ਲੰਗਰ ਚੱਲ ਰਿਹਾ ਹੈ ਔਰ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਗੁਰੂ ਮਹਾਰਾਜ ਦੀਆਂ ਹਾਜ਼ਰੀਆਂ ਭਰ ਕੇ ਲੰਗਰ ਛੱਕ ਕੇ ਅਤੇ ਆਪਣਾ ਜਿਹੜਾ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰ ਰਹੇ ਹੈ ਔਰ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਣਾ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਇਸ ਨੂੰ ਸਫਲਾ ਕਰਨ ਦੇ ਵਾਸਤੇ ਇਹਨਾਂ ਹੋਲੇ ਮਹੱਲੇ ਦੇ ਪੁਰਬ ਦੇ ਵਿੱਚ ਸੰਗਤ ਨੂੰ ਵੀ ਬੈਠ ਕੇ ਬਾਣੀ ਪੜ੍ਹ ਕੇ ਬਾਣੀ ਸਰਵਣ ਕਰਕੇ ਆਪਣਾ ਜਿਹੜਾ ਉਹ ਸਮਾਂ ਬਤੀਤ ਕਰੀਏ ਤਾਂ ਕਿ ਸਾਨੂੰ ਮਨੁੱਖਾ ਜਨਮ ਦਾ ਜਿਹੜਾ ਉਹ ਲਾਭ ਮਿਲ ਸਕੇ ਔਰ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪੁਰਬ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤ ਨੂੰ ਵੀ ਬੈਠ ਕੇ ਆਪਣਾ ਜੀਵਨ ਸਫਲਾ ਕਰਨ ਦਾ ਉਪਰਾਲਾ ਕਰੋ। ਅੱਛਾ, ਜਿਹੜੀ ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਸੰਗਤ ਆ ਰਹੀ ਹੈ ਗੁਰਦੁਆਰਾ ਮੋਹੜੀ ਸਾਹਿਬ, ਉਹਨਾਂ ਦਾ ਧਿਆਨ ਕਿਸ ਤਰ੍ਹਾਂ ਰੱਖਿਆ ਜਾ ਰਿਹਾ ਜੀ? ਗੁਰੂ ਮਹਾਰਾਜ ਦੀ ਪਾਰ ਬਖਸ਼ਿਸ਼ ਹੈ, ਸੰਗਤਾਂ ਬੜੇ ਉਤਸ਼ਾਹ ਦੇ ਨਾਲ ਸ਼ਰਧਾ ਭਾਵਨਾ ਨਾਲ ਇੱਥੇ ਆਉਂਦੀਆਂ, ਸੋ ਜਿੰਨੇ ਵੀ ਪ੍ਰਬੰਧਕ ਕਮੇਟੀ ਦੇ ਮੈਂਬਰ ਔਰ ਸੇਵਾਦਾਰ ਉਹ ਸਾਰੇ ਇਸ ਗੱਲ ਦਾ ਖਿਆਲ ਰੱਖ ਰਹੇ ਹੈ ਕਿ ਕਿਸੇ ਵੀ ਜਿਹੜਾ ਸੰਗਤ ਰੂਪੀ ਆ ਰਿਹਾ ਹੈ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਹੈ ਉਹ ਨੁਕਸਾਨ ਨਾ ਹੋਵੇ, ਉਹਨਾਂ ਦਾ ਹਰ ਤਰ੍ਹਾਂ ਦਾ ਖਿਆਲ ਰੱਖ ਕੇ ਉਹਨਾਂ ਦੀ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਦਾ ਮਾਣ ਸਤਿਕਾਰ ਕੀਤਾ ਜਾਏ
ਸੋ ਸਾਰੇ ਸੰਗਤ ਵਿੱਚ ਸੇਵਾਦਾਰ ਔਰ ਸਾਡੇ ਪ੍ਰਬੰਧਕ ਕਮੇਟੀ ਮੈਂਬਰ ਜਿਹੜੇ ਹੈ ਉਹ ਥਾਂ ਪਰ ਥਾਂ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਉਹ ਉੱਥੇ ਸੇਵਾ ਨਿਭਾ ਰਹੇ ਹੈ ਤੇ ਸਰ ਪੰਜਾਬ ਪੁਲਿਸ ਵੱਲੋਂ ਕਿੱਦਾਂ ਦਾ ਧਿਆਨ ਰੱਖਿਆ ਜਾ ਰਿਹਾ ਇਸ ਮੇਲੇ ਦੇ ਵਿੱਚ ਪੰਜਾਬ ਪੁਲਿਸ ਦਾ ਪੂਰਾ ਸਹਿਯੋਗ ਹੈ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਸਰਕਾਰ ਵੱਲੋਂ ਉਹ ਸਾਡੇ ਨਾਲ ਪੂਰਾ ਸਹਿਯੋਗ ਦੇ ਰਿਹਾ ਕਿ ਇਸ ਹੋਲੇ ਮਹੱਲੇ ਦੇ ਪੁਰਬ ਨੂੰ ਬਹੁਤ ਹੀ ਸੱਜੇ ਢੰਗ ਦੇ ਨਾਲ ਜਿਹੜਾ ਹੈ ਉਹ ਮਨਾਇਆ ਜਾ ਸਕੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ